ਏ ਆਕਾਸ਼ ਵਾਣੀ ਜਮ ਹੋਏ ਸੰਜਾ ਖਬਰਾਂ ਚ ਤੁਹਾਨੂੰ ਦਾ ਸਵਾਗਤ ਪਹਿਲੇ ਮੁੱਖ ਮੁੱਖ ਖਬਰਾਂ ਕਰਨੇ ਮੈਂ ਸ਼ੀਵੀ ਸੂਰੀ ਰਾਈਬਾਈ ਉਤਪਾਦਨ ਵਿਭਾਗ ਦੇ ਅਧਿ ਤਰਿਕਤ ਮੁੱਖ ਸਚੇਤ ਅਟਲ ਡੁੱਲੂਰੇ ਅੱਜ ਇੱਕ ਜ਼ਿਲ੍ਹਾ ਇੱਕ ਉਤਪਾਦ ਲਈ ਤਿਆਰ ਕੀਤੀ ਜਾ ਰਹੀ ਹੈ ਕਾਰਜ ਯੋਜਨਾ ਦਾ ਜਾਇਜ਼ਾ ਲੈਂਤਾ ਵਿਕਾਸ ਸਰਵੰਧੀ ਕਮਾਨ ਖੇਤਰ ਦੇ ਡੀਜੀਓ ਨੇ ਆਜੋਧੰਪੁਰ ਦੇ ਨਾਰਸੂ ਪੰਚਾਇਤ ਦਾ ਦੌਰਾ ਲਾਇਆ ਆਰਬੀਆਈ ਦੇ ਗਵਰਨਰ ਹੋਰੇng ਲਾਇਆ ਜੇ ਈ ਰੁਪਏ ਦੀ ਸ਼ੁਰੂਆਤ ਦੇਸ਼ ਚ ਮੁਦਰਾ ਦੇ ਇਤਿਹਾਸ ਚ ਇੱਕ ਇਤਿਹਾਸਿਕ ਸਮਾਹਾ ਕਿ ਜੇ ਇਹਦੇ ਘਰੀਬ ਵਪਾਰ ਕਰਨੇ ਤੇ ਲੈਣ ਦੇਣ ਦਾ ਤਰੀਕਾ ਬਦਲੀ ਜਾਗ ਬੈਕ ਟੂ ਵਿਲੇਜ ਪ੍ਰੋਗਰਾਮ ਦੇ ਚੌਥੇ ਗੇੜ ਦੇ ਪ੍ਰੋਗਰਾਮ ਤਹਿਤ ਕਠਵਾ ਦੇ 92 ਪੰਚਾਇਤਾਂ ਚ ਬਖ ਬਖ ਕਾਰਜਕ੍ਰਮ ਕੀਤੇ ਜਾ ਰਹੇ ਨੇ ਤੇ ਹੁਣ ਖਬਰਾਂ ਦੀ ਤਫਸੀਲ ਪੂਨਮ ਡੋਗਰਾ ਕੋਲ ਰਾਏਬਾਈ ਉਤਪਾਦਨ ਵਿਭਾਗ ਦੇ ਅਤਿਰਿਕਤ ਮੁੱਖ ਸਚਿਵ ਅਟਲ ਡੁਲੂਰੇ ਨੇ ਅੱਜ ਸਿਵਲ ਸਚਿਵਾਲੇ ਚ ਇੱਕ ਬੈਠਕ ਦੀ ਅਧਿਐਕਸ਼ਤਾ ਕੀਤੀ ਤੇ ਇੱਕ ਜ਼ਿਲ੍ਹਾ ਇੱਕ ਉਤਪਾਦ ਲਈ ਤਿਆਰ ਕੀਤੀ ਜਾ ਰਹੀ ਕਾਰਜ ਯੋਜਨਾ ਦਾ جائزہ ਲਾਤਾ ਅਤਿਰਿਕਤ ਮੁੱਖ ਸਚਿਵ ਹੋ ਰਹੇ ਅਫਸਰਾਂ ਦੀ ਹਰ ਇੱਕ ਜ਼ਿਲ੍ਹੇ ਥਮਾ ਇਹ ਨੇ ਉਤਪਾਦ ਜਿੰਦੀ ਬਿਹਤਰ ਨਿਰਯਾਤ ਸਰਬੰਦੀ ਗੁਣਵੱਤਾ ਹੋਗ ਦੀ ਤਾਲ ਲਈ ਮੁਤਲਕਾ ਤੇ ਹੋਰ ਨੇ ਵਿਭਾਗੇ ਥਮਾ ਇੱਕ ਵਿਸ਼ੇਸ਼ ਗੇਟ ਕਮੇਟੀ ਖੜੇਰ ਨੇ ਦੇ ਨਿਰਦੇਸ਼ ਦਿੱਤੇ ਤਾਂ ਜੇ ਇਹਨੇ ਉਤਪਾਦ ਦੇਗੀ ਅੰਤਰਰਾਸ਼ਟਰੀ ਸਤਾ ਪਰ ਬਾਜ਼ਾਰ ਥੋਈ ਸਕੇ ਸ਼ਿਰ ਡੂਲੂ ਹੋਰੇ ਅੰਤਰਰਾਸ਼ਟਰੀ ਬਾਜ਼ਾਰ ਚ ਬਾਕਬਾਕ ਮੰਗ ਵਾਲੇ ਉਤਪਾਦਾਂ ਦੇ ਬਾਰੇ ਚ ਸੁਝਾਇਆ ਜੀਆਂ ਜੇ ਸਿਉ ਅਖਰੋਟ ਕੇਸਰ ਟਰੌਟ ਮੱਛੀ ਉਨ ਰੇਸ਼ਮ ਬਾਸਮਤੀ ਚੋਲ ਰਾਜਮਾ ਮਸਾਲੇ ਤੇ ਹੋਰ ਨੇ ਚੀਜ਼ਾਂ ਜਿੰਦੇ ਨੇ ਕਰਸਾਨੇ ਦਾ ਲਾਤ ਤੇ ਆਰਥਿਕ ਵਿਕਾਸ ਸੰਭਵ ਹੋਗ ਜੰਮੂ ਕਸ਼ਮੀਰ ਸਰਕਾਰ ਦੇ ਸਭ ਨਿਸ਼ਾ ਮਤੇ ਪ੍ਰਵਾਹ ਵਾਲੇ ਬੈਕ ਟੂ ਵਿਲੇਜ ਦੇ ਚੌਥੇ ਗੇੜ ਦੇ ਪ੍ਰੋਗਰਾਮ ਤਹਿਤ ਕਮਾਨ ਖੇਤਰ ਵਿਕਾਸ ਜੰਮੂ ਦੇ ਡਾਇਰੈਕਟਰ ਜਨਰਲ ਰਜਿੰਦਰ ਸਿੰਘ ਤਾਰਾ ਹੋਰ ਅੱਜ ਉਦਮਪੁਰ ਜ਼ਿਲ੍ਹੇ ਦੇ ਨਰਸੂ ਪੰਚਾਇਤ ਦਾ ਦੌਰਾ ਲਾਇਆ ਇਸ ਮੌਕੇ ਡੀਜੀ ਹੋਰੇ ਮੁਕਾਮੀ ਲੋਕਾਂ ਪੰਚਾਇਤੀ ਇਦਾਰੇ ਤੇ ਸਮਾਜਿਕ ਕਾਰਜਕਰਤਾਵਾਂ ਕਰਨੇ ਗੱਲਬਾਤ ਕਰੀ ਇਲਾਕੇ ਦੇ ਵਿਕਾਸ ਸਬੰਧੀ ਮੁੱਦੇ ਬਾਰੇ ਜਾਣਕਾਰੀ ਹਾਸਲ ਕੀਤੀ मुकामी गौरे पर आए के डी जी बैक टू विलेज के चौथे गेट के प्रोग्राम का मकसद लोगों तक पुजित बनाइए उन जायज मंगे ते मसले का हल करना है उन्होंने अगे आइए इस प्रोग्राम च हिस्सा लैने की अपील की सड़े संवाददाता करते कर हुए उन्होंने ये बड़ी खिली पंचायत है और इसकी अपनी काफी सारी डिफिकल्टीज हैं जैसे कि एटीट एरिया रेनफेड है पानी के सोर्स नहीं है बिजली के इश्यूज़ हैं रोड्स के इश्यूज हैं पंचायत घर की बिल्डिंग का इशू है प्राइमरी हेल्थ सेंटर का इशू है तो काफी सारे समस्याएं यहाँ काफी सारे नए दफ्तर खोलने की जरूरत है उनकी बिल्डिंगें कुछ की चल रही हैं कुछ की नई लैंड आइडेंटिफाई की जानी है इसी तरह लोगों की डिमांड थी कि सोशल वेलफेयर की जो मुख्तलिफ पेंशनें हैं उनमें थोड़ी सी इनको दिक्कत है उस मामले में आज डिस्कशन हुई है तो काफी सारे मुख्तलि महकमों के ऑफिसर साहबान थे उनसे मीटिंग की है ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸੋ ਰੇਕਲਾਯਾ ਜੇ ਈ ਰੁਪਏ ਦੀ ਸ਼ੁਰੂਆਤ ਦੇਸ਼ਜਮ ਮੁਦਰਾ ਦੇ ਇਤਿਹਾਸ ਚ ਇੱਕ ਇਤਿਹਾਸਿਕ ਸ਼ਨ ਹਾ ਕਿ ਜੇ ਇਹਦੇ ਕਨੇ ਵਪਾਰ ਕਰਨੇ ਤੇ ਲੈਣ-ਦੇਣ ਦਾ ਤਰੀਕਾ ਬਦਲ ਜਾਗ ਉਹਨੇ ਮੁੰਬਈ ਚ ਫਿੱਕੀ ਤੇ ਬੈਂਕਿੰਗ ਸੰਗਠਨਾਂ ਆਸਿਆ ਸੰਯੁਕਤ ਤੋਰਾਜ ਆਯੋਜਿਤ ਇੱਕ ਕਾਰਗਰਮ ਜਗਲਾਇਆ ਜੇ ਰਿਜ਼ਰਵ ਬੈਂਕ ਡਿਜੀਟਲ ਕਰੰਸੀ ਦੀ ਸ਼ੁਰੂਆਤ ਸਪਹਿਲੇ ਸਾਰੇ ਪਹਿਲੂਆਂ ਦਾ ਅਲਗ ਕਰ ਹੀ ਲੈਣਾ ਚਾਹੁੰਦਾ ਹੈ ਅਰਤਕ ਮਾਮਲੇ ਦੀ ਕੈਬਨਿਟ ਸਮਿਤੀ ਸੀਸੀਈਏ ਨੇ 에ਥਨੋਲ ਮਿਸ਼ਰਤ ਸਰਬੰਧੀ ਕਾਰਜਕ੍ਰਮ ਤਹਿਤ ਬਖ ਬਖ ਗੰਨਾ ਆਧਾਰਿਤ ਕੱਚੇ ਮਾਲ ਕਨੇ ਅਸਲ ਉੱਚ 에ਥਨੋਲ ਮੁੱਲੇਂਗੀ ਮਨਜ਼ੂਰੀ ਦੇ ਦਿੱਤੀ ਹੈ ਇਸੀ ਇਸ ਬਰੇ 1 ਦਸੰਬਰ ਸ਼ਾ 31 ਅਕਤੂਬਰ 2023 ਦੌਰਾਨ ਆਨ ਦੇ ਗੰਨੇ ਦੀ ਫਸਲ ਵਾਲੇ ਮੌਸਮ 2022 2023 ਲਈ ਮਨਜ਼ੂਰ ਕੀਤਾ ਗਿਆ ਇਸ ਬਾਰੇ ਜਾਣਕਾਰੀ ਤੇਲ ਪੈਟਰੋਲ ਤੇ ਕੁਦਰਤੀ ਗੈਸ ਮੈਕ ਵਿੱਚ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀਓ ਨੇ ਅੱਜ ਨਵੀਂ ਦਿੱਲੀ 'ਚ ਪੱਤਰਕਾਰਾਂ ਕੰਨੇ ਗੱਲਬਾਤ ਕਰਦੀ ਹੋਈ ਦਿੱਤੀ ਉਹਨੇ ਦੱਸਿਆ ਜੇ E20 ਇੰਡਨ ਮੇਦਾ ਜੇ ਅਗਲੇ ਬਰੇ ਥਮਾ ਪੈਟਰੋਲ ਪੰਪ 'ਤੇ ਉਪਲਬਧ ਹੋ ਜਾਗ कई लोगें खास स्कूली बच्चे दिक्कतें मुश्किलें खत्म करते हुए जीआरईएफ की जी आर सी सी बुंजा ने दौ सौ चाली फुट बेले सस्पेंशन पुल जड़ा टुटी गए है बनाइए यातायात खोली द्ता है यह पुल चनाब नदी पर रामबन के पुराने कस्बे से जिला प्रशासन परिसर मैत्रा की जोड़ता है इस काम की तय समय को मुकम्मल करी लाता गया है इसी जीआरईएफ आसिया कोलकाता आधारित कंपनी जीआरएससी ਅਸੀ ਦੀ ਸਾਂਝ ਪਿਆਲੀ ਕਨੇ ਬਣਾਇਆ ਗਿਆ ਰਾਮੰਦ ਦੇ ਉਪਾਇukt ਮੁਸਰਰਤ ਇਸਲਾਮੋ ਰੇ ਨਜੀਦੋਰਾ ਪਰ ਪੂਲ ਦੀ ਸ਼ੁਰੂਆਤ ਤੇ ਪਰਤੀਏ ਕੰਮ ਮੇ ਸਰਵੰਦੀ ਸ਼ੁਰੂਆਤ ਕੀਤੀ ਗਿਆ ਹੇ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਬਰਾ ਸੁਣਾਰਤੇ ਹੋ ਉਹਨਾਂ ਬਾਕੀ ਦੀਆਂ ਖਬਰਾਂ ਕਨੇ ਸ਼ਿਵੀ ਸੂਰੀ ਕਠੂਆ ਚ ਬੈਕ ਟੂ ਵਿਲੇਜ ਦੇ ਚੌਥੇ ਗੀਰਤ ਐਟ 92 ਪੰਚਾਇਤ ਚ ਬੱਖ ਬੱਖ ਗਤਿਵਿਧੀਆਂ ਕੀਤੀਆਂ ਜਾਂਦੀਆਂ ਨਾ ਕਠੂਆ ਬਲਾਕ ਦੇ ਸਹਾਰ ਪੰਚਾਇਤ ਚ मकामी निकाय के डायरेक्टर पुनीत शर्मा होकरतें परेशानियों सुने उन्हें आंगनवाड़ी केन्द्र सह सेहत केन्द्र तौरमेंट हाई स्कूल का दौरा भी लाया से मुतला पंचायत लोग समस्याएं बारे जानकारी हासिल कीवाद बेसिक हमने कल एक काफ़ी डिटेल मीटिंग सभी पंचायत के जो इजलास हुआ था पंचायत के सभी मेंबर यहाँ पे आए थे तो उसमें हमने डिस्कशन की हमने सारी इनकी स्कीम्स पे जो डेवलपमेंटल एक्टिविटीज चल रही हैं उस पर हमने सारा डिस्कस करके और इश्यूज फ्लैग किए हैं कुछ और कोई ज्यादा बड़े इश्यूज नहीं हैं इस पंचायत में बड़ा अच्छा काम हो रहा है यहाँ पी आर अच्छा काम कर रहे हैं और ये खुशी की बात है कि ये को लगता है कठुआ की कुछ चुनी हुई पंचायतों में से एक पंचायत है जहां सितंबर अक्टूबर महीने के एंड तक सभी पैसे लग चुके हैं बैक टू विलेज के चौथे गेड के प्रोग्राम तहत सरकार स्कूली शिक्षा विभाग के प्रिंसिपल सेक्रेटरी आलोक कुमार विजयपुर के बगला जख पंचायत दौरा लाया te, मकामी लोगों पंचायती इदारे गलब की थी। इस दौरान उन्हें गलाया जे पंचायत सतह पर विकास कमें यकीनी बनाने लोच दी लड़दी पुट्टियां जांगन सारे संवाददाता गल उन्हें गलाया इस पंचायत में आज मैं आया हूं और सरपंच साहब हैं डीडीसी चेयरमैन हैं चेयरपर्सन हैं और भी सारे लोग हैं यहां लोगों ने काफी इंटरेस्ट दिखाया है स्टॉल्स भी लगे हुए हैं गवर्नमेंट की जितनी स्कीम्स हैं उनको उनकी जानकारी हम यहां के लोगों को दिलवा रहे हैं सतर्कता सबंधी जागरूकता अफता भी सौ बई के एक हिस्से के तौर पर आम प्रशासनिक विभाग ने सूचना जनसंपर्क विभाग करने आज सिविल सचिवालय जम्मू च भ्रष्टाचार मुक्त भारत पर एक नुक्कड़ नाटक आयोजित किया इस मौके मुख्य सचिव डॉक्टर अरुण कुमार मेहता सचिव आम प्रशासनिक विभाग डॉ पीयूष सिंगला खनन सचिव अमित शर्मा वरिष्ठ अफसर तधिकारी उत म मौजूद मुख्य सचिव और संबोधित करते हुए आयोजक आसया जानकारी भरोचे कार्यक्रम आयोजित कराने उन्द्र सराहना किती उक्रमी आयोजित कराने की जरूरत पर बल दा जनरल एडमिनिस्ट्रेटिव विभाग ने कार्यक्रम कल जम्मू श्रीनगर दौने सिविल सचिवालय च आयोजित कराए जिस बकूलों विद्यार्थियों सतर्कता दूत चुने गयां ਜੰਮੂ ਕਸ਼ਮੀਰ ਪ੍ਰਸ਼ਾਸਨ ਤੇ ਕਿਸਾਨਾਂ ਨੇ ਆਸਿਆ ਨਮੀ ਤਕਨੀਕ ਦੇ ਇਸਤੇਮਾਲ ਕਰੀ ਮਸ਼ਰੂਮ ਦੀ پیداوار ਚ ਬੜੀ ਮਤੀ ਵਿਰਧੀ ਦਰਜ ਕੀਤੀ ਗਈ ਹੈ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਜਿਹੜੀ ਰਾਈਬਾਈ ਦੇ ਵਿਕਾਸ ਕਰਨੇ ਸਰਬੰਧਤ ਰਾਸ਼ਟਰੀ ਯੋਜਨਾ ਹੈ ਇਹਦੇ ਤਹਿਤ ਮਸ਼ਰੂਮ ਦੀ ਰਾਈਬਾਈ ਕਰਨੇ ਵਾਲੇ ਕਿਸਾਨਾਂ ਦੀ ਖਰੀ ਮਿਆਰ ਦੇ ਵੀ ਉਪਲਬਧ ਕਰਾਏ ਜਾ ਰਹੇ ਨੇ ਤਾਂ ਜੇ ਮਸ਼ਰੂਮ ਦੀ ਪੈਦਾਵਾਰ ਦੀ ਹੋਰ ਮਤਾ ਵਧਾਇਆ ਜਾ ਸਕੇ ਇਹਦੇ ਤਹਿਤ ਕਿਸਾਨਾਂ ਦੀ ਨਵੀਂ ਤਕਨੀਕੇ ਦੀ ਇਸਤੇਮਾਲ ਦੀ ਸਖਲਾਈ ਵੀ ਦਿੱਤੀ ਜਾ ਰਹੀ ਹੈ ਤਾਂ ਜੇ ਕਿਸਾਨ ਮਸ਼ਰੂਮ ਦੀ ਮਤੀ ਪੈਦਾਵਾਰ ਕਰੀਏ ਆਪਣਾ ਤੇ ਇਲਾਕੇ ਦਾ ਆਰਥਿਕ ਵਿਕਾਸ ਦੀ ਯਕੀਨੀ ਬਣਾਈ ਸਕਣ ਐਡਲਰਡ ਓਵਲ 'ਚ ਚੱਲਾਰਦੇ T20 ਵਿਸ਼ਵ ਕੱਪ ਕ੍ਰਿਕਟ 'ਚ ਭਾਰਤ ਨੇ ਬੰਗਲਾਦੇਸ਼ ਖਿਲਾਫ 185 ਰਨਜ਼ ਦਾ ਲਕਸ਼ਿਅ ਤੈਅ ਕੀਤਾ ਹ। ਭਾਰਤ ਲਈ ਵਿਰਾਟ ਕੋਹਲੀ ਉਰੇ 44 ਗੇਂਦਾਂ 'ਚ ਨਾਬਾਦ 64 ਰਨ ਬਣਾਏ। ਉਹਨੇ ਆਪਣੀ ਪਾਰੀ 'ਚ 8 ਚੌਕੇ ਤੇ 1 ਛੱਕਾ ਮਾਰਿਆ। ਕੇਐਲ ਰਾਹੁਲ ਉਰੇ ਵੀ ਖੇਡਦੇ ਹੋਈ ਬੱਤੀਆਂ ਬਾਲਾ 'ਚ 50 ਰਨਜ਼ ਬਣਾਏ। ਇਹਦੇ ਪਰਤੇ 'ਚ ਬਰਖਾ ਬਰਨੇ ਕੋਲਾਂ ਪਹਿਲੇ ਬੰਗਲਾਦੇਸ਼ ਸੱਤ ਓਵਰਾਂ ਚ 66 ਰਨਸ ਬਣਾਈਏ ਵਿਜਨ ਵਿਕਟ ਮੁਆਇਦੇ ਬਣਾਈ ਲੈਤੇ ਹੈ ਪਹਿਲੇ ਬੰਗਲਾਦੇਸ਼ ਨੇ ਟਾਸ ਜਿੱਤੀਏ ਫੀਲਡਿੰਗ ਕਰਨੇ ਦਾ ਫੈਸਲਾ ਲੈਤਾ ਹਾ ਤਵਾਈਂ ਬਰਖਾ ਰੁਕਨੇ ਦੇ ਬਾਅਦ ਮੈਚ ਪਰਤੀਏ ਸ਼ੁਰੂ ਹੋਆ ਤੇ ਬੰਗਲਾਦੇਸ਼ ਆਸਤੇ 159 ਰਨਸ ਦਾ ਲਕਸ਼ ਤੈ ਕੀਤਾ ਗਿਆ ਜਿਸ ਦੇ ਮਗਰਾ ਭਾਰਤ ਨੇ ਬੰਗਲਾਦੇਸ਼ ਕੀ ਪੰਜੇ ਰਨ ਸੇ ਕਨੇ ਅਰਾਈ ਦਿੱਤਾ ਤੇ ਖੇਤ ਚ ਮੁੱਖ ਮੁੱਖ ਖਬਰਾਂ ਇੱਕ ਬਰੀ ਪਰਤੀਏ ਰਾਈ ਬਾਈ ਉਤਪਾਦਨ ਵਿਭਾਗ ਦੇ ਅਧਿਰਿੱਤ ਮੁੱਖ ਸਚਿਵ ਆਤਲ ਦੁੱਲੂਰੇ ਅੱਜ ਇੱਕ ਜ਼ਿਲ੍ਹਾ ਇੱਕ ਉਤਪਾਦ ਲਈ ਤਿਆਰ ਕੀਤੀ ਜਾਂਦੀ ਹੈ ਕਾਰਜ ਯੋਜਨਾਇਤਾ ਚੈਸਾ ਲਤਾ ਵਿਕਾਸ ਸਰਬੰਧੀ ਕਮਾਨ ਖੇਤਰ ਦੇ ਡੀਜੀ ਹੋਰੇ ਅੱਜ ਉਦਮਪੁਰ ਦੇ ਨਰਸੂ ਪੰਚਾਇਤ ਦਾ ਦੌਰਾ ਲਾਇਆ ਆਰਬੀਆ ਦੇ ਇੱਕ ਵਰਨਰ ਹੋਰੇ ਇੱਕ ਲਾਇਆ ਜੇ ਈ ਰੁਪਏ ਦੀ ਸ਼ੁਰੂਆਤ ਦੇਸ਼ੀ ਮੁਦਰਾ ਦੇ ਇਤਿਹਾਸ ਸੇ ਇੱਕ ਇਤਿਹਾਸਿਕ ਸਮਾਹ ਕਿ ਜੇ ਇਹ ਦੇ ਕਰੀ ਵਪਾਰ ਕਰਨੇ ਤੇ ਲੈਣ-ਦੇਣ ਦਾ ਤਰੀਕਾ ਬਦਲੀ ਜਾਗ ਬੈਕ ਟੂ ਵਿਲੇਜ ਪ੍ਰੋਗਰਾਮ ਦੇ ਜੋਥੇ ਗੇਟ ਦੇ ਪ੍ਰੋਗਰਾਮ ਤਾਤ ਕਠੂਆ ਦੇ 92 ਪੰਚਾਇਤਾਂ ਚ ਬਖ ਬਖ ਕਾਰਜਕ੍ਰਮ ਕੀਤੇ ਚਾਰ ਦੇਣਾ ਇਹ ਦੇ ਕੰਨੇ ਕਿ ਇਸ ਪਹਿਲੇ ਦਾ ਇਹ ਬੁਲੇਟਿਨ ਖਤਮ ਹੋ ਆ